ਕੇਂਦਰੀ ਰਾਜ ਮੰਤਰੀ ਦਾ ਅਹੁਦਾ ਹਾਸਲ ਕਰਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਅੱਜ ਪਹਿਲੀ ਵਾਰੀ ਚੰਡੀਗੜ੍ਹ ਬੀਜੇਪੀ ਦਫ਼ਤਰ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਦਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਭਰਵਾਂ ਸਵਾਗਤ ਕੀਤਾ। ਦੇਖੋ ਚੰਡੀਗੜ੍ਹ ਬੀਜੇਪੀ ਦਫ਼ਤਰ ਵਿੱਚ ਪਹੁੰਚ ਕੇ ਕੀ ਬੋਲੇ ਰਵਨੀਤ ਸਿੰਘ ਬਿੱਟੂ। ਮੈਂ ਮੀਡੀਆ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਵੀ ਉਹ ਹਮੇਸ਼ਾ ਸੁਰਖੀਆਂ 'ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ, ਅਤੇ ਉਹੀ ਗੱਲਾਂ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ, ਪਰ ਆਪਾਂ ਇਕੱਲੀ ਇਕੱਲੀ ਗੱਲ ਅੰਦਰ ਬਹਿ ਕੇ ਕਰਦੇ ਹਾਂ। ਅੱਜ ਪਹਿਲੇ ਦਿਨ ਮੈਂ ਬੀਜੇਪੀ ਆਫਿਸ ਆ ਜਿਹੜਾ ਉਹ ਆਇਆ ਹੈ, ਅਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਅਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬਾਡੀ ਆ ਉਹਨਾਂ ਨੂੰ, ਅਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ, ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ, ਅਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰ ਗਵਰਨਮੈਂਟ ਵੱਲੋਂ ਚਾਹੀਦੀ ਹੈ। ਇਸ ਤੋਂ ਇਲਾਵਾ ਰਿਪ੍ਰੈਜ਼ੈਂਟ ਤੁਸੀਂ ਇਕਲੌਤੇ ਇਕਲੌਤੇ ਹੋ ਜਿਹੜੇ ਕਰੋਗੇ ਪੰਜਾਬ ਨੂੰ, ਉਹਨਾਂ ਕਿਸ ਤਰੀਕੇ ਰਿਪ੍ਰੈਜ਼ੈਂਟ ਕਰੋਗੇ? ਪ੍ਰਾਥਮਿਕਤਾ ਕੀ ਰਹੇਗੀ ਸਰ, ਪ੍ਰਾਥਮਿਕਤਾ ਕੀ ਰਹੇਗੀ ਕਿਸਾਨੋ ਕੇ ਲਈ ਵੀ ਕੁਝ ਕਰਨੇ ਕੀ ਕੋਸ਼ਿਸ਼ ਕਰੇਗੀ? ਅੰਦਰ ਜਾ ਲੈਣ ਦੋ, ਮੈਂ ਸਾਰੀਆਂ ਗੱਲਾਂ ਤੁਹਾਨੂੰ ਕਰਾਂਗਾ। ਕੇਂਦਰੀ ਰਾਜ ਮੰਤਰੀ ਦਾ ਅਹੁਦਾ ਹਾਸਲ ਕਰਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਅੱਜ ਪਹਿਲੀ ਵਾਰੀ ਚੰਡੀਗੜ੍ਹ ਬੀਜੇਪੀ ਦਫ਼ਤਰ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਦਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਭਰਵਾਂ ਸਵਾਗਤ ਕੀਤਾ। ਦੇਖੋ ਚੰਡੀਗੜ੍ਹ ਬੀਜੇਪੀ ਦਫ਼ਤਰ ਵਿੱਚ ਪਹੁੰਚ ਕੇ ਕੀ ਬੋਲੇ ਰਵਨੀਤ ਸਿੰਘ ਬਿੱਟੂ। ਮੈਂ ਮੀਡੀਆ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਵੀ ਉਹ ਹਮੇਸ਼ਾ ਸੁਰਖੀਆਂ 'ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ, ਅਤੇ ਉਹੀ ਗੱਲਾਂ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ, ਪਰ ਆਪਾਂ ਇਕੱਲੀ ਇਕੱਲੀ ਗੱਲ ਅੰਦਰ ਬਹਿ ਕੇ ਕਰਦੇ ਹਾਂ। ਅੱਜ ਪਹਿਲੇ ਦਿਨ ਮੈਂ ਬੀਜੇਪੀ ਆਫਿਸ ਆ ਜਿਹੜਾ ਉਹ ਆਇਆ ਹੈ, ਅਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਅਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬਾਡੀ ਆ ਉਹਨਾਂ ਨੂੰ, ਅਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ, ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ, ਅਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਚਾਹੀਦੀ। ਇਸ ਤੋਂ ਇਲਾਵਾ ਰਿਪ੍ਰੈਜ਼ੈਂਟ ਤੁਸੀਂ ਇਕਲੌਤੇ ਇਕਲੌਤੇ ਹੋ ਜਿਹੜੇ ਕਰੋਗੇ ਪੰਜਾਬ ਨੂੰ, ਉਹਨਾਂ ਕਿਸ ਤਰੀਕੇ ਰਿਪ੍ਰੈਜ਼ੈਂਟ ਕਰੋਗੇ? ਪ੍ਰਾਥਮਿਕਤਾ ਕੀ ਰਹੇਗੀ ਸਰ, ਪ੍ਰਾਥਮਿਕਤਾ ਕੀ ਰਹੇਗੀ ਕਿਸਾਨੋ ਕੇ ਲਈ ਵੀ ਕੁਝ ਕਰਨੇ ਕੀ ਕੋਸ਼ਿਸ਼ ਕਰੇਗੀ? ਅੰਦਰ ਜਾ ਲੈਣ ਦੋ, ਮੈਂ ਸਾਰੀਆਂ ਗੱਲਾਂ ਤੁਹਾਨੂੰ ਕਰਾਂਗਾ। ਕੇਂਦਰੀ ਰਾਜ ਮੰਤਰੀ ਦਾ ਅਹੁਦਾ ਹਾਸਲ ਕਰਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਅੱਜ ਪਹਿਲੀ ਵਾਰੀ ਚੰਡੀਗੜ੍ਹ ਬੀਜੇਪੀ ਦਫ਼ਤਰ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਦਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਭਰਵਾਂ ਸਵਾਗਤ ਕੀਤਾ। ਦੇਖੋ ਚੰਡੀਗੜ੍ਹ ਬੀਜੇਪੀ ਦਫ਼ਤਰ ਵਿੱਚ ਪਹੁੰਚ ਕੇ ਕੀ ਬੋਲੇ ਰਵਨੀਤ ਸਿੰਘ ਬਿੱਟੂ। ਮੈਂ ਮੀਡੀਆ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਵੀ ਉਹ ਹਮੇਸ਼ਾ ਸੁਰਖੀਆਂ 'ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ, ਅਤੇ ਉਹੀ ਗੱਲਾਂ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ, ਪਰ ਆਪਾਂ ਇਕੱਲੀ ਇਕੱਲੀ ਗੱਲ ਅੰਦਰ ਬਹਿ ਕੇ ਕਰਦੇ ਹਾਂ। ਅੱਜ ਪਹਿਲੇ ਦਿਨ ਮੈਂ ਬੀਜੇਪੀ ਆਫਿਸ ਆ ਜਿਹੜਾ ਉਹ ਆਇਆ ਹੈ, ਅਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਅਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬਾਡੀ ਆ ਉਹਨਾਂ ਨੂੰ, ਅਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ, ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ, ਅਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਚਾਹੀਦੀ। ਇਸ ਤੋਂ ਇਲਾਵਾ ਰਿਪ੍ਰੈਜ਼ੈਂਟ ਤੁਸੀਂ ਇਕਲੌਤੇ ਇਕਲੌਤੇ ਹੋ ਜਿਹੜੇ ਕਰੋਗੇ ਪੰਜਾਬ ਨੂੰ, ਉਹਨਾਂ ਕਿਸ ਤਰੀਕੇ ਰਿਪ੍ਰੈਜ਼ੈਂਟ ਕਰੋਗੇ? ਪ੍ਰਾਥਮਿਕਤਾ ਕੀ ਰਹੇਗੀ ਸਰ, ਪ੍ਰਾਥਮਿਕਤਾ ਕੀ ਰਹੇਗੀ ਕਿਸਾਨੋ ਕੇ ਲਈ ਵੀ ਕੁਝ ਕਰਨੇ ਕੀ ਕੋਸ਼ਿਸ਼ ਕਰੇਗੀ? ਅੰਦਰ ਜਾ ਲੈਣ ਦੋ, ਮੈਂ ਸਾਰੀਆਂ ਗੱਲਾਂ ਤੁਹਾਨੂੰ ਕਰਾਂਗਾ। ਕੇਂਦਰੀ ਰਾਜ ਮੰਤਰੀ ਦਾ ਅਹੁਦਾ ਹਾਸਲ ਕਰਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਅੱਜ ਪਹਿਲੀ ਵਾਰੀ ਚੰਡੀਗੜ੍ਹ ਬੀਜੇਪੀ ਦਫ਼ਤਰ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਦਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਭਰਵਾਂ ਸਵਾਗਤ ਕੀਤਾ। ਦੇਖੋ ਚੰਡੀਗੜ੍ਹ ਬੀਜੇਪੀ ਦਫ਼ਤਰ ਵਿੱਚ ਪਹੁੰਚ ਕੇ ਕੀ ਬੋਲੇ ਰਵਨੀਤ ਸਿੰਘ ਬਿੱਟੂ। ਮੈਂ ਮੀਡੀਆ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਵੀ ਉਹ ਹਮੇਸ਼ਾ ਸੁਰਖੀਆਂ 'ਚ
ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਅਤੇ ਉਹੀ ਗੱਲਾਂ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ, ਪਰ ਆਪਾਂ ਇਕੱਲੀ ਇਕੱਲੀ ਗੱਲ ਅੰਦਰ ਬਹਿ ਕੇ ਕਰਦੇ ਹਾਂ। ਅੱਜ ਪਹਿਲੇ ਦਿਨ ਮੈਂ BJP ਆਫਿਸ ਆ ਜਿਹੜਾ ਉਹ ਆਇਆ ਏ ਅਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਅਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬਾਡੀ ਆ ਉਹਨਾਂ ਨੂੰ ਅਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ BJP ਨੂੰ ਵੀ ਚਲਾਉਣਾ ਅਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰ ਗਵਰਨਮੈਂਟ ਵੱਲੋਂ ਚਾਹੀਦੀ। ਇਸ ਤੋਂ ਇਲਾਵਾ ਰਿਪ੍ਰੈਜ਼ੈਂਟ ਤੁਸੀਂ ਇਕਲੌਤੇ ਹੋ ਜਿਹੜੇ ਕਰੋਗੇ ਪੰਜਾਬ ਨੂੰ ਉਹਨੇ ਕਿਸ ਤਰੀਕੇ ਰਿਪ੍ਰੈਜ਼ੈਂਟ ਕਰੋਗੇ? ਪ੍ਰਾਥਮਿਕਤਾ ਕੀ ਰਹੇਗੀ ਸਰ, ਪ੍ਰਾਥਮਿਕਤਾ ਕੀ ਰਹੇਗੀ ਕਿਸਾਨੋ ਕੇ ਲਈ ਵੀ ਕੁਝ ਕਰਨ ਦੀ ਕੋਸ਼ਿਸ਼ ਕਰੇਗੀ? ਅੰਦਰ ਜਾ ਲੈਣ ਦੋ, ਮੈਂ ਸਾਰੀਆਂ ਗੱਲਾਂ ਤੁਹਾਨੂੰ